ਆ ਵੀ ਅਜਾਬ ਲੱਗਦਾ ਹੁਣ ਕਿ ਆਪਾਂ ਹੁਣ ਮਹਿਬੂਬ ਆਪਣੇ ਨੂੰ ਮਿਲੀਏ ਡੇਰਾ ਬਿਆਸ ਮੁਖੀ ਦੀ ਵੇਖ ਰਿਹਾ ਹਜ਼ੂਰ ਬਾਬਾ ਜੀ ਅੱਗੇ ਆ ਕੇ ਬਹਿ ਗਿਆ ਯੰਗ ਸੀ ਉਦੋਂ ਬਹੁਤ ਦੋਸਤੋ ਵੈਲਕਮ ਬੈਕ ਟੂ ਸਿੰਘ ਵਲੌਗਸ ਅਗੇਨ ਦੋਸਤੋ ਹੰਸਰਾਜ ਹੰਸ ਜੀ ਦੀ ਇੱਕ ਵੀਡੀਓ ਆਈ ਆ ਉਹਨਾਂ ਦਾ ਇੰਟਰਵਿਊ ਆ ਜੋ ਮੈਨੂੰ ਵੀ ਬਹੁਤ ਵਧੀਆ ਲੱਗਿਆ ਅਤੇ ਮੈਂ ਅੰਦਰੋਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਸੀਗਾ ਕਿ ਤੁਹਾਡੇ ਨਾਲ ਸ਼ੇਅਰ ਕਰਨੀ ਆ ਜਲਦੀ ਤੋਂ ਜਲਦੀ ਅਤੇ ਪਹਿਲਾਂ ਤਾਂ ਜਗਬਾਣੀ ਚੈਨਲ ਵਾਲਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਇਹ ਵੀਡੀਓ ਡੇਰਾ ਬਿਆਸ ਦੀ ਸੰਗਤ ਨੂੰ ਦੇਖਣ ਨੂੰ ਮਿਲੂਗੀ ਅਤੇ ਸਿੰਘ ਵਲੌਗਸ ਵਾਲੇ ਦੋਸਤਾਂ ਨੂੰ ਅਤੇ ਇਸ ਵੀਡੀਓ ਵਿੱਚ ਹੰਸਰਾਜ ਹੰਸ ਜੀ ਦੱਸਣਗੇ ਕਿ ਜਦੋਂ ਉਹ ਪਹਿਲੀ ਵਾਰ ਬਾਬਾ ਜੀ ਨੂੰ ਮਿਲੇ ਸੀ ਕਿੱਥੇ ਮਿਲੇ ਸੀਗੇ ਅਤੇ ਉਹਨਾਂ ਨਾਲ ਕੀ ਹੋਇਆ ਸੀ ਜੋ ਉਹਨਾਂ ਦੀ ਹੱਡ ਬੀਤੀ ਆ ਜਦੋਂ ਉਹ ਗਾਣਾ ਗਾਉਣ ਲੱਗੇ ਸੀ ਅਤੇ ਬਾਬਾ ਜੀ ਨਾਲ ਕਿਵੇਂ ਜੁੜੇ ਸੀ ਬਹੁਤ ਹੀ ਇੰਟਰਸਟਿੰਗ ਉਹਨਾਂ ਦੀ ਇਹ ਸਟੋਰੀ ਆ ਸਾਖੀ ਆ ਤਾਂ ਆਓ ਸੁਣੀਏ ਅਤੇ ਜਗਬਾਣੀ ਵਾਲੇ ਇਹ ਐਂਕਰ ਵੀਰ ਨੂੰ ਵੀ ਆਪਾਂ ਜਾਣਦੇ ਹੋਵਾਂਗੇ ਦਾਦੂਵਾਲ ਜੀ ਨਾਲ ਵੀ ਇਹਨਾਂ ਨੇ ਕਈ ਵਾਰ ਗੱਲ ਕੀਤੀ ਆ ਡੇਰਾ ਬਿਆਸ ਦੇ ਮੁੱਦੇ ਉੱਤੇ ਆ ਵੀ ਅਜਾਬ ਲੱਗਦਾ ਹੁਣ ਕਿ ਆਪਾਂ ਹੁਣ ਮਹਿਬੂਬ ਆਪਣੇ ਨੂੰ ਮਿਲੀਏ ਉਹ ਜਿਹੜਾ ਜਿਹਨੇ ਕਈ ਸਾਰੀਆਂ ਹੀਰਾਂ ਸਾਰੇ ਰਾਂਝੇ ਸਾਰੇ ਮਜਨੂੰ ਸਾਰੀਆਂ ਹੀਰਾਂ ਕਾਇਨਾਤ ਰਚਾਈ ਆ ਉਸ ਸੋਹਣੇ ਦੀ ਦੀਦਾਰ ਕਰਨ ਸਾਹਮਣੇ ਤਸਵੀਰ ਮੈਂ ਡੇਰਾ ਬਿਆਸ ਮੁਖੀ ਦੀ ਵੇਖ ਰਿਹਾ ਤੁਸੀਂ ਮੰਨਦੇ ਹੋ ਬਾਬਾ ਜੀ ਬਹੁਤ ਮੰਨਦਾ ਉਹ ਸ਼ੇਰ ਫਕੀਰ ਨੇ ਦਰਿਆ ਦੇ ਕੰਢੇ ਡੇਰਾ ਲਾਇਆ ਕਰੋਨਾ ਦੇ ਟਾਈਮ ਲੋਕਾਂ ਨੂੰ ਪਤਾ ਲੱਗ ਗਿਆ ਨਾ ਕਹਿੰਦੇ ਸੀ ਜ਼ਮੀਨਾਂ ਬੜੀਆਂ ਉਹਨਾਂ ਨੇ ਕਿਹਾ ਉਹ ਨਮਾਜ਼ ਪੜ੍ਹਨੀ ਨਮਾਜ਼ ਪੜ੍ਹੋ ਪੂਜਾ ਕਰਨੀ ਪੂਜਾ ਕਰੋ ਪਾਠ ਕਰਨਾ ਪਾਠ ਕਰੋ ਤੁਸੀਂ ਸਾਰੇ ਮੇਰੇ ਆ ਤੁਹਾਨੂੰ ਲੰਗਰ ਵੀ ਮਿਲੇਗਾ ਆਪੋ ਆਪਣੇ ਧਰਮ ਵਿੱਚ ਰਹੋ ਕੋਈ ਰਾਧਾ ਸਵਾਮੀ ਕਹਿਣ ਦੀ ਲੋੜ ਨਹੀਂ ਅੱਜ ਜਿੱਥੋਂ ਵੀ ਲੋੜ ਪੈਂਦੀ ਹੜ੍ਹ ਵੀ ਆਉਂਦਾ ਸਰ ਐਸੇ ਫਕੀਰ ਚਾਹੀਦੇ ਆ ਹਸਪਤਾਲ ਜਾ ਕੇ ਦੇਖੋ ਉਹ ਕਾਹਦਾ ਫਕੀਰ ਆ ਜਿਹੜਾ ਜਿਹੜਾ ਭੁੱਖੇ ਨੂੰ ਨਹੀਂ ਰਜਾ ਸਕਦਾ ਰੋਂਦੇ ਨੂੰ ਨਹੀਂ ਰਜਾ ਸਕਦਾ ਬਾਬਾ ਜੀ ਨੂੰ ਕਦੋਂ ਮਿਲੇ ਸੀ ਮੈਂ ਹਜ਼ੂਰ ਨੂੰ ਦਰਸ਼ਨ ਕੀਤੇ ਸੀ ਜਦੋਂ ਗੱਦੀ 'ਤੇ ਤਸ਼ਰੀਫ ਫਰਮਾ ਹੋਏ ਮੈਂ ਪ੍ਰੋਗਰਾਮ 'ਤੇ ਗਿਆ ਸੀ ਅੱਛਾ ਹਾਂਜੀ ਮੈਂ ਮੰਨਦਾ ਨਹੀਂ ਸੀ ਸਰਕਾਰ ਨੂੰ ਨਹੀਂ ਠੀਕ ਹੈ ਮੈਂ ਮਿਲਿਆ ਨੋਰਮਲੀ ਡੇਰਾ ਬਿਆਸ ਹੀ ਮਿਲੇ ਨਹੀਂ ਕਿਤੇ ਇੱਧਰ ਸਿਰਸੇ ਵੱਲ ਸਿਕੰਦਰਪੁਰ ਪ੍ਰੋਗਰਾਮ ਸੀ ਥੇੜੀ ਠੀਕ ਹੈ ਮੈਂ ਕਿਹਾ ਸੋ ਵੱਟ ਆਪਾਂ ਗਾਣਾ ਗਾਉਣਾ ਬੜਾ ਜੀ ਅਨਾਊਂਸਮੈਂਟ ਬੜੀ ਹੋਈ ਜੀ ਇਹ ਫਲਾਨਾ ਪਦਮ ਸ਼੍ਰੀ ਅਤੇ ਮਧਮ ਸ਼੍ਰੀ ਅਤੇ ਹੰਸਰਾਜ ਹੰਸ ਅਤੇ ਚਾਦਰਾ ਕੁੜਤਾ ਮੈਂ ਲਾਉਂਦਾ ਸੀ ਉਦੋਂ ਚਾਦਰਾ ਕੁੜਤਾ ਬੰਨ ਕੇ ਉਦੋਂ ਗਾਉਂਦੇ ਸੀ ਬੜੇ ਰੰਗਲੇ ਜਿਹੇ ਕੱਪੜੇ ਪਾਏ ਹਜ਼ੂਰ ਬਾਬਾ ਜੀ ਅੱਗੇ ਆ ਕੇ ਬਹਿ ਗਿਆ ਯੰਗ ਸੀ ਉਦੋਂ ਬਹੁਤ ਜੀ ਫਿਰ ਇਹ ਦੇਖ ਲਓ ਕਿ ਲੱਭ ਹਿੱਲ ਰਿਹਾ ਸੀ ਆਵਾਜ਼ ਨਹੀਂ ਸੀ ਆ ਰਹੀ ਅਤੇ ਮੈਂ ਕਿਹਾ ਖਰੇ ਮਾਈਕ ਖਰਾਬ ਹੈ ਖਰੇ ਕਿ ਕੋਈ ਆਵਾਜ਼ ਹੀ ਨਹੀਂ ਆ ਰਹੀ ਤਾਂ ਮੈਂ ਤਾਂ ਫੱਟੇ ਚੱਕ ਦਿੰਦਾ ਸੀ ਉਦੋਂ ਤਿੰਨ ਤਿੰਨ ਦਿਖਾੜੇ ਲਾਉਂਦੇ ਸੀ ਮੈਂ ਕਿਹਾ ਕਹਾਣੀ ਕੀ ਆ ਫਿਰ ਮੈਨੂੰ ਫਿਰ ਕੋਸ਼ਿਸ਼ ਕੀਤੀ ਫਿਰ ਇੱਦਾਂ ਮਾਈਕ ਨੂੰ ਟਣਕਾ ਕੇ ਮਾਈਕ ਚੱਲਦਾ ਸੀ ਫਿਰ ਮੈਂ ਕਿਹਾ ਗਲਤੀ ਹੋ ਗਈ ਬੰਦਿਆ ਇਹ ਬਸ਼ਰ ਦੀ ਸ਼ਕਲ ਵਿੱਚ ਕੋਈ ਮਾਲਕ ਆਇਆ ਮੈਂ ਕਿਹਾ ਸਰਕਾਰ ਮਿਹਰਬਾਨੀ ਕਰੋ ਗਲਤੀ ਤਾਂ ਹੁਣ ਹੋ ਹੀ ਗਈ ਆ ਅੱਛਾ ਹੁਣ ਤਾਂ ਸਾਹ ਵੀ ਤਜਰਬੇ ਨਾਲ ਆ ਰਿਹਾ ਪੁਰਾਣੇ ਨਾਲ ਸਾਹ ਵੀ ਰੁਕੋ ਗਾਣਾ ਕੀ ਮੈਂ ਗਾਉਣਾ ਕਹਿਣ ਲੱਗੇ ਗਾ ਫਿਰ ਇਹ ਦੇਖ ਲਓ ਅੱਧੇ ਘੰਟੇ ਲਈ ਸਰਕਾਰ ਆਏ ਸੀ ਢਾਈ ਘੰਟੇ ਸੁਣਿਆ ਫਿਰ ਜੱਫੀਆਂ ਪੈ ਗਈਆਂ ਫਿਰ ਅੱਖ ਲੜ ਗਈ ਫਿਰ ਸੋਹਣਾ ਅੱਗੇ ਅੱਗੇ ਅਸੀਂ ਪਿੱਛੇ ਪਿੱਛੇ ਉਸ ਤੋਂ ਬਾਅਦ ਤੁਸੀਂ ਮਨਾਉਣਾ ਸ਼ੁਰੂ ਕਰਤਾ ਆਪਾਂ ਸਰੈਂਡਰ ਕਰਤਾ ਹੁਣ ਵੀ ਜਾਣੇ ਸ਼ਰੇਆਮ ਬਹੁਤ ਬਹੁਤ ਧੰਨਵਾਦ ਹੰਸ ਥੈਂਕ ਯੂ ਜੀ ਥੈਂਕ ਯੂ